ਹੋ ਗਏ ਬਾਈ ਅਰੁਣ ਲਾਲ ਅਰੁਣ।
हमको तो बस चाहिए ज्ञान ज्योति। ਸਾਨੂੰ ਬਾਬਾ ਸਾਹਿਬ ਦੇ ਸਦਾ ਰਿਣੀ ਰਹਿਣਾ ਚਾਹੀਦਾ ਆ, ਜਿਨ੍ਹਾਂ ਨੇ ਸਾਨੂੰ ਵੋਟ ਪਾਉਣ ਦਾ ਹੱਕ ਦਿਵਾਇਆ, ਪੜ੍ਹਾਈ ਦਾ ਸਿੱਖਿਆ ਦਾ ਹੱਕ ਦਿਵਾਇਆ। ਹੋਰ ਤਾਂ ਹੋਰ, ਜੋ ਅੱਜ ਅਸੀਂ ਸੋਹਣੇ ਸੋਹਣੇ ਕੱਪੜੇ ਪਾਈ ਫਿਰਦੇ ਹਾਂ, ਇਹ ਕੱਪੜੇ ਪਾਉਣ ਦਾ ਹੱਕ ਵੀ ਸਾਨੂੰ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਜੀ ਨੇ ਦਿਵਾਇਆ। ਸੋ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਬਹੁਤ ਰਿਣੀ ਅਤੇ ਬਹੁਤ ਸ਼ੁਕਰਗੁਜ਼ਾਰ। ਅੱਜ ਰਾਸ਼ਟਰ ਪਿਤਾ ਜੋਤੀਰਾਵ ਫੂਲੇ ਜੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਫਗਵਾੜਾ ਵਿਖੇ ਅੰਬੇਡਕਰ ਸੈਨਾ ਮੂਲ ਵਾਸੀ ਅਤੇ ਸਮੂਹ ਬਹੁਜਨ ਸਮਾਜ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ, ਔਰ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨੂੰ ਕਾਮਯਾਬ ਕਰਨ ਦੇ ਵਿੱਚ ਤਨੋ ਮਨੋ ਧਨੋ ਸਾਥ ਦਿੱਤਾ, ਔਰ ਆਸ ਕਰਦੇ ਕਿ ਬਾਬਾ ਸਾਹਿਬ ਦੇ ਰਾਸਤੇ 'ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਵਧੀਆ ਜੀਵਨ ਬਤੀਤ ਕਰਨ ਯੋਗਾ ਕਰੂੰਗੇ, ਐਜੂਕੇਸ਼ਨ ਦੇ ਕੇ ਅਫਸਰ ਬਣਾਉਂਗੇ, ਔਰ ਇਹ ਵੀ ਸਿਖਾਉਂਗੇ ਕਿ ਸਾਨੂੰ ਪੇ ਬੈਕ ਟੂ ਸੁਸਾਇਟੀ ਜ਼ਰੂਰ ਕਰਨਾ ਚਾਹੀਦਾ। ਸੋ ਸਭ ਦਾ ਬਹੁਤ ਬਹੁਤ ਧੰਨਵਾਦ। ਸਮਾਜ ਸੇਵੀ ਸੰਸਥਾਵਾਂ ਅਤੇ ਅੰਬੇਡਕਰ ਸੈਨਾ ਵੱਲੋਂ, ਬਹੁਜਨ ਸਮਾਜ ਪਾਰਟੀ ਦੇ ਸਾਰੇ ਵਰਕਰਾਂ ਵੱਲੋਂ ਚੇਤਨਾ ਮਾਰਚ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਔਰ ਰਾਸ਼ਟਰ ਪਿਤਾ ਮਹਾਤਮਾ ਜੋਤੀਰਾਵ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੱਢਿਆ ਗਿਆ, ਜਿਸ ਵਿੱਚ ਵੱਧ ਚੜ੍ਹ ਕੇ ਸਾਰੇ ਹੀ ਸਾਥੀਆਂ ਨੇ ਬੜੀ ਸਿਦਕ ਦਿਲੀ ਦੇ ਨਾਲ ਹਿੱਸਾ ਲਿਆ। ਆਏ ਹੋਏ ਸਾਰੇ ਸਾਥੀਆਂ ਨੂੰ ਅਸੀਂ ਸਵਾਗਤ ਕਰਦੇ ਹਾਂ, ਔਰ ਅੱਜ ਦੇ ਦਿਨ 'ਤੇ ਇਹ ਸਾਨੂੰ ਸੰਕਲਪ ਕਰਨਾ ਚਾਹੀਦਾ ਕਿ ਬਾਬਾ ਸਾਹਿਬ ਦੇ ਦਿੱਤੇ ਹੋਏ ਰਸਤੇ 'ਤੇ ਉਹਨਾਂ ਦੇ ਮਿਸ਼ਨ ਨੂੰ ਮੰਜ਼ਿਲ ਮਕਸੂਦ ਕਰਕੇ ਸਮਾਜ ਦੀ ਵਿਗੜੀ ਹੋਈ ਬਣਾਉਣੀ ਚਾਹੀਦੀ ਹੈ, ਔਰ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਜਿਹੜਾ ਉਹ ਸਾਨੂੰ ਸੁਨਿਸ਼ਚਿਤ ਕਰਨਾ ਚਾਹੀਦਾ। ਜੈ ਭੀਮ। ਨਾਰੀ ਜਾਤੀ ਦੇ ਮੁਕਤੀਦਾਤਾ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਦੁਖੀਆਂ ਮਜ਼ਲੂਮਾਂ ਦੇ ਸਹਾਰੇ, ਭਾਰਤ ਰਤਨ ਵਿਸ਼ਵ ਰਤਨ ਬਾਬਾ ਸਾਹਿਬ ਜੀ ਦੇ
ਜਨਮ ਦਿਨ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਮੁਬਾਰਕਾਂ। ਆਓ ਬਾਬਾ ਸਾਹਿਬ ਔਰ ਸਤਿਗੁਰ ਰਵਿਦਾਸ ਮਹਾਰਾਜ ਦੇ ਪੂਰਨਿਆਂ 'ਤੇ ਚੱਲਦੇ ਹੋਏ ਆਪਣੇ ਸਮਾਜ ਨੂੰ ਅੱਗੇ ਵਧਾਈਏ ਔਰ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਹੋਰ ਵਧੀਆ ਸਿੱਖਿਆਵਾਂ ਦੇ ਕੇ ਪ੍ਰੇਰਿਤ ਕਰਕੇ ਉਹਨਾਂ ਨੂੰ ਇਸ ਦੇਸ਼ ਦੇ ਹੁਕਮਰਾਨ ਬਣਾਈਏ ਔਰ ਬਾਬਾ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਦੇ ਹੋਏ ਆਪਣੇ ਸਮਾਜ ਨੂੰ ਅੱਗੇ ਵਧਾਈਏ। ਇੱਕ ਵਾਰ ਫਿਰ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਔਰ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਅੱਜ ਫਗਵਾੜਾ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਹਾੜੇ 'ਤੇ ਅਤੇ 11 ਅਪ੍ਰੈਲ ਮਹਾਤਮਾ ਜੋਤੀ ਰਾਏ ਫੂਲੇ ਦੇ ਜਨਮ ਦਿਵਸ ਨੂੰ ਦੋਹਾਂ ਮਰਸ਼ਾਂ ਮਹਾਂਪੁਰਸ਼ਾਂ ਦੇ ਜਨਮ ਦਿਵਸ 'ਤੇ ਸਾਂਝੀ ਹਰ ਸਾਲ ਦੀ ਤਰ੍ਹਾਂ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸਮੁੱਚੇ ਫਗਵਾੜਾ ਦੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਆਪ ਸਭ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ ਮਹਾਤਮਾ ਜੋਤੀ ਰਾਏ ਫੂਲੇ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਹਮੇਸ਼ਾ ਅਪਣਾਉਂਦੇ ਹੋਏ ਉਹਨਾਂ ਦੇ ਜਨਮ ਦਿਹਾੜੇ ਮਨਾਉਣੇ ਚਾਹੀਦੇ ਆ ਸਾਨੂੰ। ਜੈ ਭੀਮ ਜੈ ਭਾਰਤ। ਕਿਸਮਤ ਜਦੋਂ ਸੀ ਨੀਰਾ ਨੀਰਾ ਨਵੀਆਂ ਲਿਖ ਦਿੱਤੀਆਂ ਤਕਰੀਰਾਂ। ਕਿਸਮਤ ਜਦੋਂ ਸੀ ਨੀਰਾ ਨੀਰਾ ਨਵੀਆਂ ਲਿਖ ਦਿੱਤੀਆਂ ਤਕਰੀਰਾਂ। ਸੁਣ ਕੇ ਰੋ ਪਈਆਂ ਤਕਰੀਰਾਂ ਦੁਸ਼ਮਣ ਖੜੇ ਸੀ ਕਾਬਰ ਦੇ ਲੈ ਕੇ ਬਾਬਾ ਸਾਹਿਬ ਨੇ ਦਿੱਤੇ ਤੈਨੂੰ ਹੱਕ ਬਰਾਬਰ ਦੀ ਲੈ ਕੇ ਭੀਮ ਰਾਵ ਨੇ ਦਿੱਤੇ ਤੈਨੂੰ ਹੱਕ ਬਰਾਬਰ ਦੀ ਲੈ ਕੇ ਭੀਮ ਰਾਵ ਨੇ ਦਿੱਤੇ ਤੈਨੂੰ ਹੱਕ ਬਰਾਬਰ ਦੇ
ਅੱਜ ਭਾਰਤੀ ਸੰਵਿਧਾਨ ਨਿਰਮਾਤਾ, ਰਾਸ਼ਟਰ ਨਿਰਮਾਤਾ, ਸਿੰਬਲ ਆਫ ਨੌਲੇਜ, ਇਸ ਦੇਸ਼ ਦੀ ਔਰਤ ਦੇ ਮੁਕਤੀਦਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 133ਵੇਂ ਜਨਮ ਉਤਸਵ ਦੇ ਉਪਲਕਸ਼ ਦੇ ਵਿੱਚ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਸਮੁੱਚੀ ਟੀਮ ਵੱਲੋਂ ਮਾਣਯੋਗ ਹਰਭਜਨ ਸੁੰਮਣ ਜੀ ਦੀ ਅਗਵਾਈ ਦੇ ਵਿੱਚ ਸ਼ਹਿਰ ਫਗਵਾੜਾ ਦੇ ਵਿੱਚ ਇੱਕ ਬਹੁਤ ਹੀ ਵਿਸ਼ਾਲ ਅਤੇ ਇਤਿਹਾਸਕ ਚੇਤਨਾ ਮਾਰਚ ਦਾ ਆਗਾਜ਼ ਕੀਤਾ ਗਿਆ। ਚੇਤਨਾ ਮਾਰਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ 'ਚੋਂ ਹੁੰਦਾ ਹੋਇਆ ਅੰਬੇਡਕਰ ਪਾਰਕ ਹਦੀਆ ਅੰਬੇਡਕਰ ਪਾਰਕ ਹਰਗੋਬਿੰਦ ਨਗਰ ਫਗਵਾੜਾ ਵਿਖੇ ਪਹੁੰਚਿਆ, ਜਿਸ ਵਿੱਚ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਬਾ ਸਾਹਿਬ ਨੂੰ ਮੰਨਣ ਵਾਲੇ, ਉਹਨਾਂ ਦੇ ਪੈਰੋਕਾਰ, ਸਾਡੀਆਂ ਮਾਤਾਵਾਂ, ਭੈਣਾਂ, ਇਸ ਸਮਾਜ ਦੇ ਬੁੱਧੀਜੀਵੀ ਸਾਥੀ, ਬੱਚੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਮੈਂ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਅਤੇ ਆਸ ਪਾਸ ਦੇ ਇਲਾਕੇ ਦੇ ਸਾਰੇ ਲੋਕਾਂ ਨੂੰ, ਜਿਨ੍ਹਾਂ ਨੇ ਇਸ ਇਤਿਹਾਸਿਕ ਚੇਤਨਾ ਮਾਰਚ ਨੂੰ ਕਾਮਯਾਬ ਕਰਨ ਦੇ ਲਈ ਆਪਣਾ ਤਨ ਮਨ ਧਨ ਦੇ ਨਾਲ ਸਾਥ ਸਹਿਯੋਗ ਦਿੱਤਾ, ਉਹਨਾਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਹਾਂ। ਔਰ ਬਾਬਾ ਸਾਹਿਬ ਜੀ ਦੇ 133ਵੇਂ ਜਨਮ ਦਿਹਾੜੇ 'ਤੇ ਸਮੁੱਚੇ ਸੰਸਾਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਫਗਵਾੜਾ ਦੇ ਵਿੱਚ ਰਾਸ਼ਟਰਪਿਤਾ ਜੋਤੀਬਾਈ ਫੂਲੇ ਜੀ ਅਤੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅੱਜ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ। ਅਤੇ ਅਸੀਂ ਮੈਂ ਇਸ ਮੌਕੇ 'ਤੇ ਆਪ ਸਾਹਿਬ ਜੀ ਨੂੰ ਮੁਬਾਰਕਬਾਦ ਦਿੰਦੀ ਹਾਂ ਅਤੇ ਆਪਾਂ ਬਾਬਾ ਸਾਹਿਬ ਜੀ ਦੇ ਜਨਮ ਦਿਨ 'ਤੇ ਇੱਕ ਪ੍ਰਣ ਲਈਏ ਕਿ ਅਸੀਂ ਜਿੰਨੇ ਵੀ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ 'ਤੇ ਕੰਮ ਕਰਦੇ ਹਾਂ ਸਾਰੇ ਇੱਕਮੁੱਠ ਹੋ ਕੇ ਆਪਣੇ ਉਹਨਾਂ ਦਿੱਤੇ ਹੋਏ ਰਾਸਤੇ 'ਤੇ ਚੱਲੀਏ ਅਤੇ ਉਹਨਾਂ ਦਾ ਜੋ ਵੀ ਸੰਵਿਧਾਨਿਕ ਜੋ ਸਾਨੂੰ ਸੰਵਿਧਾਨ ਦੇ ਵਿੱਚ ਰਾਈਟ ਦੇ ਕੇ ਗਏ ਆ ਉਹਨਾਂ 'ਤੇ ਅਸੀਂ ਪੂਰਾ ਹੋਕਾ ਦੇਈਏ ਅਤੇ ਆਪਣੇ ਲੇਡੀਜ਼ ਨੂੰ ਵੱਧ ਤੋਂ ਵੱਧ ਅਪੀਲ ਹੈ ਕਿ ਮਿਸ਼ਨ ਦੇ ਵਿੱਚ ਜ਼ਰੂਰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਜ਼ਰੂਰ ਜੁੜਨ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਜੋੜਨ ਅਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਹੱਕਾਂ ਦੀ ਰਾਖੀ ਕਰ ਸਕੀਏ। ਜੈ ਭੀਮ ਜੈ ਰਾਸ਼ਟਰਪਿਤਾ ਜੋਤੀ ਰਾਓ ਫੂਲੇ ਜੀ ਦਾ ਜਿਹੜਾ ਜਨਮ ਦਿਨ ਹੈ ਔਰ 14 ਅਪ੍ਰੈਲ ਨੂੰ ਡਾਕਟਰ ਬਾਬਾ ਸਾਹਿਬ ਅੰਬੇਡਕਰ ਭਾਰਤੀ ਸੰਵਿਧਾਨ ਨਿਰਮਾਤਾ ਉਹਨਾਂ ਦਾ ਜਨਮ ਦਿਨ ਹੈ ਅਤੇ ਅੱਜ ਉਹਨਾਂ ਨੂੰ ਸਮਰਪਿਤ ਜਿਹੜਾ ਚੇਤਨਾ ਮਾਰਚ ਆ ਇੱਥੋਂ ਅੰਬੇਡਕਰ ਪਾਰਕ ਫਗਵਾੜਾ ਤੋਂ ਜਿਹੜਾ ਸ਼ੁਰੂ ਹੋਇਆ ਹੈਗਾ ਔਰ ਇਹ ਦੋਨੋਂ ਹੀ ਮਹਾਂਪੁਰਸ਼ ਜਿਹੜੇ ਹੈਗੇ ਜੋਤੀ ਰਾਓ ਫੂਲੇ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਇਹਨਾਂ ਨੇ ਇਸ ਦੇਸ਼ ਦੇ ਦੱਬੇ ਕੁਚਲੇ ਲੋਕ, ਮਜ਼ਦੂਰਾਂ, ਕਿਸਾਨਾਂ, ਔਰਤਾਂ ਦੇ ਲਈ ਜਿਹੜਾ ਆਪਣਾ ਜੀਵਨ ਭਰ ਸੰਘਰਸ਼ ਕੀਤਾ ਹੈਗਾ
ਉਹਨਾਂ ਦੋਹਾਂ ਮਹਾਂਪੁਰਸ਼ਾਂ ਦੇ ਜਨਮ ਉਤਸਵ 'ਤੇ ਸਭ ਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ।